ਵਲੌਗ ਨੂੰ ਬਿਨਾ ਸਕਿਪ ਕਰੇ ਦੇਖਿਓ, ਸਕਿਪ ਕਰੋਗੇ ਤਾਂ ਵਲੌਗ ਦੀ ਤੁਹਾਨੂੰ ਸਮਝ ਵੀ ਨਹੀਂ ਲੱਗਣੀ ਤੇ ਤੁਹਾਨੂੰ ਵਧੀਆ ਵੀ ਨਹੀਂ ਲੱਗਣਾ। ਵਲੌਗ ਸਾਰੇ ਜਣੇ ਦੇਖੋ, ਟੈਟੂ ਇਹਦੇ 'ਚ ਮੈਂ ਦਿਖਾਤੇ ਹੋਏ ਆ ਤੇ ਟੈਟੂ ਵਾਲਾ ਵਲੌਗ ਸੀ ਆਪਣਾ। ਹੁਣ ਆਪਾਂ ਘਰੇ ਆ ਗਏ ਆ ਤੇ ਵੀਡੀਓ ਆਪਾਂ ਪਰਸੋਂ ਦੇ ਆ ਗਏ ਆ ਅੱਜ ਵੀ। ਚਲੋ ਜਦੋਂ ਵੀ ਆਏ ਆ ਵਲੌਗ ਦਾ ਟਾਈਮ ਹੀ ਹੋਣ ਲੱਗਾ, ਥੋੜਾ ਬੜਾ ਵੈਰੀ ਬਿਜ਼ੀ ਸ਼ੈਡਿਊਲ ਆ ਸਾਡਾ, ਸ਼ੈਡਿਊਲ ਬੜਾ ਬਿਜ਼ੀ ਸਾਡਾ ਸੁਤਾਂ ਕਰਕੇ। ਸੋ ਆਹ ਦੇਖੋ ਆਪਣਾ ਟੈਟੂ ਸਕਿਨ ਲੱਥਣ ਡੀ ਆ, ਰਿਕਵਰ ਹੋਣ ਡਿਆ ਮਤਲਬ ਹਜੇ। ਤੇ ਫਿਰ ਇਹ ਦੂਜੀ ਸੀਟਿੰਗ ਆ ਹਜੇ ਅਗਲੀ 1 ਤਰੀਕ ਨੂੰ, ਹਜੇ ਅੱਜ ਹੈਗੀ 5 ਤਰੀਕ, ਅਗਲੀ 1 ਤਰੀਕ ਮਤਲਬ 1 ਸਤੰਬਰ ਨੂੰ ਦੀ ਦੂਜੀ ਸੀਟਿੰਗ ਆ ਚੈਸਟ ਵਾਲੇ ਟੈਟੂ ਦੀ, ਆ ਅੱਗੋਂ ਆ ਇੱਧਰੋਂ। ਤੇ ਫਿਰ ਆਹ ਵਾਲਾ ਉਦੋਂ ਦੇਖਾਂਗੇ ਆਪਾਂ ਕਿ ਹਾਂ ਵੀ ਇਹਦੇ 'ਚ ਕੀ ਆਪਾਂ ਕਰਨਾ ਜਾਂ ਕਰਨਾ ਕਿ ਨਹੀਂ ਹਜੇ ਕਰਨਾ। ਫਿਲਹਾਲ ਇਹ ਦੋਨੇ ਟੈਟੂ ਪੂਰੇ, ਤਿੰਨੇ ਟੈਟੂ ਓਕੇ ਰਿਪੋਰਟ ਰਿਕਵਰ ਹੋ ਜਾਣ, ਡਨ ਹੋ ਜਾਣ, ਫਿਰ ਆਹ ਵਾਲੇ ਕੀ ਕਹਿੰਦੇ ਆ ਫਿਰ ਇਹ ਤੋਂ ਬਾਅਦ ਚੈਸਟ ਤੇ ਵੀ ਆਵਾਂਗੇ, ਫਿਰ ਅਗਲੀ ਤੇ ਆਹ ਵਾਲੀ ਫਿਰ ਇੱਧਰ ਪਾਸੇ ਦੁਬਾਰਾ ਸ਼ੁਰੂ ਕਰਾਂਗੇ। ਤੇ ਵਲੌਗ ਸਾਰੇ ਜਣੇ ਬਿਨਾਂ ਸਕਿਪ ਕਰੇ ਦੇਖਿਓ, ਚੈਨਲ ਕਰੋ ਸਬਸਕ੍ਰਾਈਬ, 3 ਲੱਖ ਸਬਸਕ੍ਰਾਈਬਰਸ ਹੋਣ ਹੋਰ ਸਾਲ ਤੱਕ। ਮੈਂ ਕਹਿੰਦਾ ਪੂਰਾ ਦਿਨ ਟੈਟੂ ਬਣਵਾ ਦੇਣਾ ਆਪਾਂ, ਟੈਟੂ ਤੇ ਚਾਹ ਹੀ ਬੜਾ ਚੜ ਗਿਆ ਟੈਟੂ। ਟੈਟੂ ਤੈਨੂੰ ਗੰਜ ਕਢਾ ਕੇ ਨਾ ਤੇਰੇ ਗੰਜ ਦਾ ਵੀ ਟੈਟੂ ਬਣਵਾਉਣਾ, ਤੇ ਉਧਰਲੇ ਪਾਸੇ ਆ ਨਾ ਟੈਟੂ। ਹਾਂ ਚਲੋ ਵੀ ਦੇਖੋ ਵਲੌਗ, ਤੀਜੀ ਸ਼ੂਟਿੰਗ ਵਾਸਤੇ ਅੱਜ ਆਪਣੀ ਆ ਗਈ ਹੈ ਤੀਜੀ ਸ਼ੂਟਿੰਗ ਤੇ ਫਾਈਨਲ ਸ਼ੂਟਿੰਗ ਹੈ, ਸਾਰਾ ਟੈਟੂ ਕੰਪਲੀਟ ਹੋ ਜਾਣਾ। ਬੋਲੋ ਕੁਛ ਮਹਾਰਾਜ। ਸਤਿ ਸ੍ਰੀ ਅਕਾਲ ਤੇ YouTube ਵਾਸੀਓ, ਬਹੁਤ ਬਹੁਤ ਸਵਾਗਤ। ਹਾਂ ਸੁੱਤੇ ਉੱਠੇ ਸਾਰੇ ਜਣੇ, ਸੁੱਤੇ ਉੱਠੇ ਕੀ ਹੋਇਆ? ਤੁਸੀਂ ਜ਼ਿਆਦਾ ਸੁੱਤੇ ਨਾ, ਮੈਂ ਤੇ ਠੀਕ ਠਾਕ ਸੁੱਤਾ। ਤੇ ਸੁੱਤੇ ਉੱਠੇ ਆ, ਨੀਂਦ ਪੂਰੀ ਹੋਈ ਨਹੀਂ ਹੈਗੀ, ਹਜੇ 2 ਵਜੇ ਆ। ਹਜੇ 2 ਵਜੇ ਤੇ ਨੀਂਦ ਨਹੀਂ ਪੂਰੀ ਹੋਈ, 6-7 ਵਜੇ ਭਾਈ ਸੁੱਤੇ ਆ। ਤੇ ਹੁਣ ਆ ਗਏ ਟੈਟੂ ਕਰਾਉਣ ਤੇ ਬਾਕੀ ਦਿਖਾਉਂਦੇ ਤਾਂ ਜਾ ਕੇ ਟੈਟੂ ਪੂਰਾ ਕਰ ਦੇਣਾ ਅੱਜ, ਕਰਨਾ ਹੀ ਪੈਣਾ। ਆ ਹਾਫ ਆ ਹਰ ਹੋਣ ਡਿਆ ਠੀਕ ਹੈ ਜੀ, ਆ ਸਕਿਨ ਲੱਥਣ ਡੀ ਉੱਪਰੋਂ। ਪਹੁੰਚ ਗਏ ਆਪਾਂ ਮਨਜੀਤ ਟੈਟੂ ਤੇ ਭਾਈ ਹੁਣੀ ਆਪਾਂ ਨੂੰ ਫਿਰ ਮਿਲ ਗਏ। ਭਾਈ ਇੱਕ ਵਾਰੀ ਫਿਰ ਐਡਰੈਸ ਸਮਝਾ ਦਿਓ, ਮਾਰਕੀਟ ਸਮਝਾ ਦਿਓ ਸਾਰੀ। ਆ ਸੈਕਟਰ 8B ਚੰਡੀਗੜ੍ਹ, ਚੰਡੀਗੜ੍ਹ ਤੇ ਗੇੜੀ ਰੂਟ ਹੀ ਇਹਨੂੰ ਕਹਿੰਦੇ ਆ। ਠੀਕ ਹੈ ਭਾਈ, ਏਰੀਆ ਦਾ ਸਾਹਮਣੇ ਸਿੱਧਾ ਉੱਪਰ ਹੀ ਟੈਟੂ ਵਾਲਾ ਬੋਰਡ ਦੇ ਰਿਹਾ, ਸਾਹਮਣੇ ਸੜਕ ਤੋਂ ਸਿੱਧਾ ਹੀ ਮਨਜੀਤ ਟੈਟੂ। ਭਾਈ ਇੱਕ ਕੱਲਾ ਮਨਜੀਤ ਟੈਟੂ ਤੇ ਇੱਕੇ ਹੀ ਆ, ਸਭੇ ਦੇ ਨਾਲ ਹੀ ਆ, ਸਭੇ ਦੇ ਨਾਲ ਹੀ ਆ ਤੇ ਚੰਡੀਗੜ੍ਹ 'ਚ ਇੱਕੇ ਹੀ ਆ, ਇਹ ਨਹੀਂ ਕਿ 2 ਆ। ਠੀਕ ਹੈ ਠੀਕ ਹੈ, ਇੱਕ ਹੀ ਆ, ਦਿੱਲੀ 'ਚ ਇੱਕ ਬਸ। ਚਲੋ ਚੱਲਦੇ ਆ ਫਿਰ ਅੰਦਰ ਹੀ, ਮੋਡੀਫਾਈ ਕਰਕੇ ਦਿਖਾਉਂਦੇ ਆ ਸਾਰਾ। ਉਧਰ ਵੀ ਭਾਈ ਹੁਣੀ ਬੈਠੇ, ਆ ਗਿਆ ਵਾ ਭੋਜਨ ਕਰਨ ਲੱਗੇ, ਫਿਰ ਟੈਟੂ ਡਿਜ਼ਾਈਨ, ਉਧਰ ਡਿਜ਼ਾਈਨ ਚੱਲਣ ਡਿਆ ਜੇ, ਫਿਰ ਖਾ ਕੇ ਮੈਗੀ ਦੇ ਓਰੀਜਨਲ ਹੀ ਖਾਈ ਪੀ ਦੀ। ਲਓ ਜੀ ਪ੍ਰੋਸੈਸ ਹੋਣ ਲੱਗਾ ਜੀ ਸ਼ੁਰੂ, ਤੀਜੀ ਸੀਟਿੰਗ ਅੱਜ। ਭਾਜੀ ਇੱਧਰ ਦੇਖਿਓ ਦਰਸ਼ਨ ਵਾਲੇ, ਬਸ ਤੀਜੀ ਸੀਟਿੰਗ ਆਪਣੀ ਸ਼ੁਰੂ ਕਰਨ ਲੱਗੇ ਆਪਾਂ। ਡਿਜ਼ਾਈਨ ਡਿਜ਼ੂਨ ਤਿਆਰ ਹੈ, ਡਿਜ਼ਾਈਨ ਸਾਰਾ ਤਿਆਰ ਹੋ ਗਿਆ, ਉਹ ਪ੍ਰਿੰਟ ਪਏ ਹੋਏ ਆ, ਤੁਹਾਨੂੰ ਫਿਰ ਜਲਦੀ ਦਿਖਾਉਂਦੇ ਹਾਂ ਬਸ ਕੀ ਬਣ ਜਾਣਾ। ਹੁਣ ਐਸ ਪੀ ਸਾਹਿਬ ਹੁਣ ਲੰਗਰ ਖਾ ਕੇ ਆ ਗਏ, ਲੰਗਰ ਨਾਲ ਰੱਜ ਕੇ ਆ ਗਏ, ਪੱਗ ਵੇਖ ਦਿਨ ਜਾਣ ਦੀ ਅੱਜ ਭਰਜਾਈ ਸਾਹਮਣੇ ਫੋਨ ਕਰਕੇ ਕੋਈ ਨੀ ਬੁਲਾਉਂਦੀ, ਆਪਣੀ ਠੀਕ ਆ, ਮੈਨੂੰ ਕੱਲੇ ਨੂੰ ਕੋਈ ਨਾ ਬੁਲਾਇਆ, ਮੈਂ ਉਹਨੇ ਆਉਣਾ, ਤੁਸੀਂ ਜਲੰਧਰ ਹੀ ਆ ਗਏ ਜਿੰਨੇ ਆਉਣਾ, ਖਤਮ ਗੱਲ। ਲੋ ਜੀ ਉਸਤਾਦ ਜੀ ਸੁਣਾ ਭਾਈ ਨੇ ਅੱਗੇ, ਰਾਜੇ ਦੇ ਮੂੰਹ ਵੇਖ ਕਿਦਾਂ ਭਰਿਆ, ਖਾਂਦਾ ਹੀ ਹੋਣ ਡਿਆ। ਚਲੋ ਛਿਪਕੂ, ਬੜੇ ਚਿਰ ਦਾ ਸੌਂਗ ਸੀ ਮੈਨੂੰ ਬਾਅਦ ਤੇ AK-47 ਆਉਂਦਾ, ਬੜੇ ਚਿਰ ਦਾ ਸਾਨੂੰ ਮੈਨੂੰ ਵੀ ਕਹਿੰਦਾ ਸੀ, ਟਿਸ਼ੂ ਦੇ ਦਿਓ ਬਸ।
ਆਇਸਤੇ ਆਇਸਤੇ ਭਾਜੀ ਦੁੱਖ ਲੱਗਦਾ ਮੇਰੇ ਭਾਣ ਨੇ ਕਿ ਘੈਂ ਚੀਜ਼ ਹੋ ਜਾਣੀ ਸੀਗੀ ਇਹਦੇ ਥੱਲੇ ਥੋੜਾ ਟੇਡਾ ਜਿਹਾ ਕਰਕੇ ਇੱਕ ਬਣਾ ਲਈਏ ਨੈਵਰ ਫੋਰਗੇਟ 1984 ਕਰਾ ਦਿਓ ਇਹ ਤੇ ਹੋਣ ਡਿਆ ਇੱਧਰ ਇੱਧਰ ਤੇ ਜੋ ਇੱਧਰਲੀ ਸਟੋਰੀ ਪਤਾ ਲੱਗਣੀ रेडियो सेटअप हो गया हो रहा है कर लो गल टैटू शुरू होन लगा चुको हो गया शुरू तो इत्थे सारे बैठे हाँ जी टैटू चलता पिया पीड़ तो बिलकुल भी नहीं ना होंगी पेनलैस मैं तुहानू उदन भी दसा कि पेनलैस टैटू पेन तो होंगी नहीं क्रीम क्रूम पाई ला दें मड़ी जो ओके रबट होता ਕਿੰਨਾ ਟੈਟੂ ਕਰਾ ਲਿਆ ਪੇਨ ਹੁੰਦੀ ਹੁੰਦੀ ਕਿੱਥੇ ਹੋਣਾ ਸੀ ਇੰਨਾ ਲਓ ਜੀ ਕੰਮ ਚੱਲ ਰਿਹਾ ਇੱਧਰ ਭਾਈ ਹੁਣ ਸੁੱਤੇ ਆ ਵਿਦਆਊਟ ਪੇਨ ਤਾਂ ਹੀ ਸੁੱਤਾ ਦੇਖ ਗੱਡੀ ਘੂਰ ਆਰਾਮ ਨਾਲ ਘੂਰ ਕੇ ਕਹਿੰਦੇ ਇੱਥੇ ਮਾੜਾ ਉਠਾ ਕੇ ਪੁੱਛੀਏ ਭਾਈ ਨੂੰ ਭਾਈ ਉੱਠੋ ਟੈਟੂ ਹੋਣ ਡਿਆ ਤੁਹਾਡੇ ਸਰ ਬਹੁਤੀ ਗੂੜੀ ਨੀਂਦ ਸੋ ਗਏ ਜੀ ਭਾਜੀ ਚਿਕਣਾ ਹੁੰਦਾ ਵੀਰ ਜੀ ਰੋਈ ਦਾ ਹੁੰਦਾ ਵਾ ਰੋਲਾ ਪਾਈ ਦਾ ਦਰਦ ਹੋਣ ਡੀ ਹੈ ਸੁੱਤਾ ਤੂੰ ਆਰਾਮ ਨਾ ਭਾਈ ਹਿਸਾਬ ਨਾ ਕਰਦੇ ਪਾਣੀ ਕਿਹੜੇ ਹਿਸਾਬ ਨਾਲ ਕਰਦੇ ਆ ਦਰਦ ਹੀ ਨਹੀਂ ਹੁੰਦੀ ਦੇਖੋ ਇੱਧਰ ਉੱਧਰ ਸਾਡੇ ਅੱਛਾ ਜੀ ਚੀਜ਼ੀਆਂ ਖਾਂਦੇ ਰਾਜਕੁਮਾਰ ਜੀ ਸੋਰੀ ਸੁਰਿੰਦਰ ਸਿੰਘ ਜੀ ਸੁਰਜੀਤ ਸੁਰਜੀਤ ਸਿੰਘ ਸੁਰਜੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਮਨਾ ਕੀਤਾ ਕਿ ਇੱਦਾਂ ਐਕਸ਼ਨ ਮਾਰਿਆ ਤੂੰ ਐਕਸ਼ਨ ਠੀਕ ਹੈ ਚਲੋ ਬਾਕੀ ਬਸ ਬਣ ਹਜੇ ਥੋੜ੍ਹਾ ਜਿਹਾ ਬਣਿਆ ਕਾਫੀ ਟਾਈਮ ਲੱਗਣਾ ਹਜੇ ਤਾਂ ਗੰਨ ਤਾਂ ਬਣ ਚੱਲੀ ਬਾਕੀ ਕੰਮ ਹਜੇ ਬਾਅਦ 'ਚ ਹੋਊਗਾ ਇਹ ਡਾਨੇ ਆ ਪੂਰੀ ਹੁਣ ਬੰਨੇ ਆ ਡਾਲਰ ਇੱਥੇ ਸਾਰੇ ਇੱਥੇ ਆਪਾਂ ਡਾਲਰ ਵਗੈਰਾ ਸਾਰਾ ਕਰਕੇ ਟੈਟੂਆਂ ਨਾਲ ਬਾਹਾਂ ਖੁਣੀਆਂ ਤੇ ਲਓ ਵੀ ਅਗਲਾ ਪ੍ਰੋਸੈਸ ਵੀ ਸ਼ੁਰੂ ਹੋ ਗਿਆ ਲੱਗਣ ਡਿਆ ਪ੍ਰਿੰਟ ਜਾਂ ਤਾਂ ਦਿਖਾਉਂਦਾ ਤੁਹਾਨੂੰ ਡਾਲਰ ਆ ਸ਼ੁਰੂ ਤੋਂ ਜਿੱਦਾਂ ਡਾਲਰਾਂ 'ਚ ਪੈਸਾ ਕਮਾਇਆ ਮਤਲਬ ਯੂਐਸ ਡਾਲਰ 'ਚ ਪੈਸੇ ਕਮਾਏ ਮਾਲਕ ਨੇ ਇੰਨੀ ਕਿਰਪਾ ਕੀਤੀ ਤਾਂ ਮੈਂ ਕਿਹਾ ਵੀ ਇਹਦਾ ਆਸਟ੍ਰੇਲੀਆ ਦੇ ਨਾਲ ਤੇ ਪੁੱਤ ਡਾਲਰ ਐਸਪੀ ਪੁੱਤ ਸੈਕਿੰਡ ਸਿਟਿੰਗ ਕੋਈ ਨਹੀਂ ਉਹ ਵਿੱਚ ਇਨਕਲੂਡ ਹੁੰਦਾ ਫਸਟ ਪੇਮੈਂਟ ਦੇ ਵਿੱਚ ਹੀ ਤੁਹਾਡੀ ਸੈਟਿੰਗ ਸੈਟਿੰਗ ਵੀ ਲੱਗੂਗੀ ਤੁਸੀਂ ਸਾਰੇ ਜਣੇ ਜ਼ਰੂਰ ਵਿਜ਼ਿਟ ਕਰੋ ਇੱਥੇ ਕੀ ਹੋਇਆ ਸੈਟਿੰਗ ਸੈਟਿੰਗ ਕਹਿਤਾ ਤੂੰ ਸੈਟਿੰਗ ਸੈਟਿੰਗ ਲੱਗੇਗੀ ਤੇ ਚੰਡੀਗੜ੍ਹ ਸਟੂਡੀਓ ਆ ਸੈਕਟਰ 8 ਬੀ ਦੇ ਵਿੱਚ ਸਬਵੇ ਦੇ ਬਿਲਕੁਲ ਨਾਲ ਹੀ ਆ ਤੋ ਸਾਰੇ ਜਣੇ ਜ਼ਰੂਰ ਵਿਜ਼ਿਟ ਕਰੋ ਕੋਠੇ ਤੇ ਬਾਕੀ ਆਪਣੇ ਕੋਲ ਲੇਜ਼ਰ ਵੀ ਆ ਗਈ ਹੈ ਜਿਹੜੇ ਜਿਹੜੇ ਬੰਦਿਆਂ ਦੇ ਟੈਟੂ ਨਹੀਂ ਵਧੀਆ ਬਣੇ ਜ਼ਿਆਦਾਤਰ ਬੰਦੇ ਹੈਗੇ ਕਿ ਸਸਤਾ ਟੈਟੂ ਕਰਾ ਲੈਂਦੇ ਤੇ ਵਧੀਆ ਨਹੀਂ ਹੈਗੇ ਤੇ ਉਹਨਾਂ ਲਈ ਲੇਜ਼ਰ ਹੈਗੀ ਆ ਠੀਕ ਹੈ ਤੇ ਅਸੀਂ ਟੈਟੂ ਰਿਮੂਵ ਵੀ ਕਰਦੇ ਆ ਤੇ 90% ਤੱਕ ਪੂਰੀ ਗਾਰੰਟੀ ਆ ਰਿਮੂਵ ਹੋਣ ਦੀ ਤੇ ਬਾਅਦ ਚ ਬਣਾ ਕੇ ਦੇਣ ਦੇ ਪੁੱਤ ਕੀ ਕਹਿੰਦੇ ਪੁੱਤ ਕਿੱਦਾਂ ਦਾ ਬੰਦਾ ਤੂੰ ਕਿੱਦਾਂ ਦਾ ਬੰਦਾ ਚੰਗਾ ਹੈ ਪੁੱਤ ਚੰਗਾ ਹੈ ਪੁੱਤ ਅੱਜ ਪੁੱਤ ਬੋਲ ਟੈਟੂ ਆਪਣਾ ਹੋ ਗਿਆ ਫਿਰ ਥੋੜਾ ਜਿਹਾ ਰਹਿ ਗਿਆ ਹੁਣ 60-70 ਹੋ ਗਿਆ ਹਨਾ 30% ਰਹਿ ਗਿਆ ਹਨਾ ਬਸ 70% ਹੋ ਗਿਆ ਬਸ ਥੋੜਾ ਜਿਹਾ ਰਹਿ ਗਿਆ ਹੁਣ ਫੁੱਲ ਸਲੀਵ ਹੀ ਕਰਾਂਗੇ ਹੁਣ ਤਾਂ ਮੈਂ ਕਹਿੰਦਾ ਬਸ ਪੂਰਾ ਹੋ ਗਿਆ ਫਸਟ ਲੀਵ ਕਿਦਾਂ ਮਤਲਬ ਬਸ ਹੁਣ ਇੱਕ ਥੋੜਾ ਜਿਹਾ ਸਰਪ੍ਰਾਈਜ਼ ਜਿਹਾ ਦੇਣਾ ਜਦੋਂ ਬਾਈਸੈਪ ਤੇ ਮਤਲਬ ਟੈਟੂ ਆਪਣਾ ਰਹਿੰਦਾ ਵਾ ਚੈਸਟ ਵਾਲਾ ਟੈਟੂ ਡਨ ਆ ਬਾਈਸੈਪ ਤੋਂ ਰਹਿ ਗਿਆ ਬਾਕੀ ਬਾਂਹ ਵੀ ਸਾਰੀ ਡਨ ਆ ਤੇ ਬਾਈ ਇੰਨਾ ਕੀ ਆ ਬਾਕੀ ਜਿਹੜਾ ਹੁਣ ਜਿਹੜਾ ਬਾਈਸੈਪ ਦੇ ਕੋਲ ਰਹਿ ਜਾਣਾ ਆਹ ਵਾਲਾ ਇਹ ਥੋੜਾ ਆਪਾਂ ਅੜਕ ਕੇ ਸਰਪ੍ਰਾਈਜ਼ ਰੱਖਣਾ ਸਰਪ੍ਰਾਈਜ਼ ਥੋੜਾ ਅਟਕ ਕੇ ਕਰਾਵਾਂਗੇ ਨਾਲੇ ਉਹ ਕਨਸੈਪਟ ਥੋੜਾ ਹੋਰ ਚੇਂਜ ਕਰਾਂਗੇ ਥੋੜਾ ਜਿਹਾ ਤੇ
ਬਾਈਸੈਪ ਵਾਲਾ ਟੈਟੂ ਥੋੜਾ ਆਪਾਂ ਕਿਹਾ ਜਿੰਮ ਜੁੰਮ ਲਾ ਕੇ ਥੋੜਾ ਬਾਈਸੈਪ ਬਣਾ ਵੀ ਲਈਏ ਇਹ ਕਰਾਵਾਂਗੇ ਤੇ ਫਿਰ ਤਾਂ ਦਿਖਾਵਾਂਗੇ ਉਹ ਹੀ ਹਜੇ ਆਹ ਵਾਲਾ ਪੂਰਾ ਡਨ ਕਰਕੇ ਤੁਹਾਨੂੰ ਦਿਖਾਉਂਦੇ ਆ ਆਪਾਂ ਫਰੰਟ ਤੋਂ ਇੱਦਾਂ ਸਾਈਡ ਤੋਂ ਲਓ ਬਾਈ ਜੀ चलो ठीक है मेरा टैटू हजे तक बनिया नहीं मैं भी तैयार कराने भाई तैयारी कर चलो जी साबी का टैटू भी तैयार है ਆਦੇ ਲੋ ਸਾਰੇ ਨੇ ਸਾਬੀ ਦਾ ਟੈਟੂ ਪਿੱਛੋ ਜਾਣ ਪਿੱਛੋ ਜਾ ਭਾਈ ਨੂੰ ਬਣਾਣ ਦੇ ਆ ਬਗਾ ਲੋ ਗੁੱਟੇ ਇਧਰ ਗਗਨ ਜੀ ਸੌ ਗਏ ਆ ਪੂਰੀ ਲਹਿਰ ਵਿੱਚ ਤੁਸੀਂ ਕੀ ਲੈ ਕੇ ਭਾਈ ਇਹ ਤੇ ਭਾਈ ਹੁਣੀ ਲੈ ਟੈਟੂ ਲੈ ਟੈਟੂ ਗਿਆ ਭਾਈ ਕਿੰਨਾ ਕਰਿਆ ਗਿਆ 2009 ਤੋਂ 2022 ਤੱਕ ਜਰਨੀ ਭਾਈ ਦੀ ਨਹੀਂ ਨਹੀਂ ਥੱਲੇ ਲੈ ਦੇ ਐਨੀਵਨ ਇੰਟਰਸਟਿਡ रंधावा साहब सुते ने उथे किथे है हां जी भाजी किदा चलन दिया सिस्टम सारा रेड बुल मंगा ली है थोड़ी पावर बूस्ट मोबाइल नंबर भी लिखे हुए लोकेशन भी लिखी हुई है तो जिन्हें भी अपने पंजाब बंदे है जिन्होंने टैटू करवाना बहुत ही वधिया ਅਤੇ ਘੈਂਟ ਚੀਜ਼ ਤੁਸੀਂ ਟੈਟੂ ਕਰਵਾਉਣਾ ਤੁਸੀਂ ਨੈੱਟ ਤੋਂ ਕੱਢ ਸਕਦੇ ਆ ਭਾਈ ਉਹਨਾਂ ਦੀ ਪ੍ਰੋਫਾਈਲ 'ਤੇ ਜਾ ਕੇ ਦੇਖ ਸਕਦੇ ਆ ਟੈਟੂ ਭਾਈ ਉਹਨਾਂ ਦੀ ਪ੍ਰੋਫਾਈਲ ਵੈਰੀਫਾਈਡ ਆ ਅਤੇ ਉੱਥੇ ਤੁਸੀਂ ਟੈਟੂ ਦੇਖ ਸਕਦੇ ਜਿਹੜਾ ਵੀ ਟੈਟੂ ਕਰਵਾਉਣਾ ਤੁਸੀਂ ਜ਼ਰੂਰ ਭਾਈ ਹੁਣਾਂ ਕੋਲ ਕਰਾਇਓ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਬੰਦੇ ਜਿਨ੍ਹਾਂ ਨੇ ਕਰਾਉਣਾ ਉਹ ਚੰਡੀਗੜ੍ਹ ਵਿੱਚ ਸਟੂਡੀਓ ਆ ਸੈਕਟਰ 8B ਚੰਡੀਗੜ੍ਹ ਅਤੇ ਬਾਕੀ ਇੱਕ ਸਟੂਡੀਓ ਹੈਗਾ ਦਿੱਲੀ 'ਚ ਸੋ ਜਿਹੜੇ ਦਿੱਲੀ ਵਾਲੇ ਆਪਣੇ ਨਾਲ ਐਡ ਆ ਉਹ ਦਿੱਲੀ ਜਾ ਕੇ ਵੀ ਟੈਟੂ ਕਰਵਾ ਸਕਦੇ ਆ ਭਾਈ ਉਹਨਾਂ ਦਿੱਲੀ ਵੀ ਹੁੰਦੇ ਆ ਦਿੱਲੀ ਭਾਈ ਕਿਹੜੀ ਜਗ੍ਹਾ ਵੀ ਦੱਸ ਦਿਓ ਦਿੱਲੀ ਆਪਣਾ ਤਿਲਕ ਨਗਰ ਜੇਲ ਰੋਡ ਚ ਜੇਲ ਰੋਡ ਦੇ ਉੱਤੇ ਸਟੂਡੀਓ ਆ ਅਤੇ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਲਿਓ ਸਾਰੇ ਅਕਾਊਂਟ ਦਿੱਤੇ ਆ ਸਨੈਪਚੈਟ 'ਤੇ ਵੀ ਐਡ ਕਰ ਲਓ ਅਤੇ ਇੰਸਟਾ ਦੇ ਉੱਤੇ ਵੀ ਤੁਸੀਂ ਐਡ ਕਰ ਲਓ ਤੁਸੀਂ ਉੱਥੇ ਸਾਰੇ ਟੈਟੂ ਦੇਖ ਸਕਦੇ ਜਿਹੜੇ ਭਾਅ ਜੀ ਨੇ ਹੁਣ ਤੱਕ ਕੀਤੇ ਹੋਏ ਜਿੰਨੇ ਵੀ ਆਰਟਿਸਟ ਦੇ ਕੀਤੇ ਆ ਹੁਣ ਜੇ ਜੋੜੇ ਸੰਧੂ ਭਾਅ ਜੀ ਦਾ ਗਾਣਾ ਆਇਆ ਜਿਹੜਾ ਉੱਥੇ ਜਿਹੜੇ ਵੀ ਟੈਟੂ ਉਹਨਾਂ ਦੀ ਬਾਂਹ 'ਤੇ ਆ ਗਏ ਉਹ ਸਾਰੇ ਭਾਅ ਜੀ ਉਹਨਾਂ ਨੇ ਕੀਤੇ ਆ ਅਤੇ ਉੱਧਰ ਦਿਖਾ ਦੇ ਸਾਰੀ तेरे वाल भी ओना टेंशन का तो लेना ऑफर भी पाते रहते हैं टैटू या जो भी मतलब इन्हों ऐड कर लो उ डेली कोई ना कोई ऑफर लगी होंगी है तो ताड़े फायदे वास्ते ही है सारा कुछ बाकी जो सिद्धू मूसे वाले सारे भाई उन्होंने बनाए गए जिन्हें भी भाई उन्होंने टैटू बनाए हैं फ्री ऑफ कोर्स किए ही भाई ने सिद्धू मूसे वाले भाई उन्होंने टैटू दो तो बाकी जिदा आप टैटू कोई करवाने जिदा हम टैटू किया मतलब सैकंड शूटिंग भी लगती है कि टैटू मतलब चंगी तरह डार्क हो जाए सो कई भाई होना को सिर्फ जी सैकंड शूटिंग फ्री ऑफ कोस्ट आ तो पहली बार पैसे देने दूसरी बार शूटिंग के पैसे तुम नहीं देने बाकी अपना टैटू आप पूरा डन करके फिर दिखाने खबी दे ठीक है।
लो तो लई है थोड़ी जी रेस्ट आप टैटू अपना 80% डन है हम 20% रह गया बस थोड़ा जहा मुड़ के पूरा रेडी पूरा फिनिश करके आप दिखाने भाजी ने रोटी खान लग पे रोटी रोटी खाओ भाई टाइम नहीं छको छको 10 बज चले इधर राजा भी टैटू करवा दिया तू बना सेम बना दे आवे रेड ती है की कहंदा की कहंदा इधर करके ना दे विच लिख दे बोल्ड आई कर रहे तू चलन दे इधर अपना भी चली जांदा चलदा पिया हजे दहाई इदा दिखा दे इधर ओके रिपोर्ट खिच दो खिच दो कोई नहीं है सब गए लो बाबे ब्लॉक हो गया डन ब्लॉक कहने टैटू हो गया डन क्लियर हो गया सारे पास ओके रिपोर्ट भाई दी अपने हिसाब दिखाओ टैटू अपना डन है पूरा ओके रिपोर्ट हो गया ते भाई उन्हें रोटी खान दिया ते भाई ओके खत्म अभी सारा टैटू डन हो गया अपने ते हुण जिहड़ा मतलब कि बस खत्म हुई सारे हाले टैटू सारे टैटू हो गए हुण बस रह गया इत्थों इन्नी चीज का बस रह गया बाइसेप वाला ठीक है नाम साडा चलदा ते बाकी बस हो गया चलने आ वापस हुण टाइम बहुत ज्यादा हो गया अज क्योंकि अज फाइनल आपां कहिंदे चलो सारे टैटू नबेड़ के ही मंजी टैटू मार्केट रात नूं खाली हो गई हुण सारी ते चलो यार आ गया राजा राजे आ यार छेती तुरन लगे होना कल जलंधर वापस भी जाना आपा ते की तुहानू दसीए इन्ना ज्यादा थक गया टैटू ने एक हफ्ता मत मारी रखी अड्डी चलो चलिए वापस कल घर जावांगे मजा आ जाए सही गल है हुण तक घर जाण नूं इन्ना ज्यादा दिल करन डिया ना कि बाहर कितने यार आप बाहर बाहर रह ही नहीं सकते आप फिर 5-10 दिन बाद ही घर की याद आना पी घर चलिए छेती छेती चलो मिलते थानू बाद लो जी रात के बज गए 2:30-24/7 तो मुंडे शॉपिंग करके आए है सवेर का है कड़ी चौल नहीं चिकन चौल ब्राउनी नहीं लिया मैं क्या एक ब्राउनी लिया आयो चलो वो भाई सुता वा सवेरे वापस भी जाना तो खाइए तो सोइए राती टैटू करा के आ गए आप बाँह सुजी हुई है अजे तो ज़्यादा है टैटू वाला तो हम चले वापस जलंधर नू हो गया एक्सीडेंट राती खड़ी खड़ी गड्डी मार गया कोई हैवी नुकसान हरे चीज की चीज ही लगती हरे हरा रंग जी लगा अन्ने हो जाते सारी इतों सारी छिलती आ इतों मतलब बारी हो नवी रंग होनी सारी आ काम ज्यादा खराब हो गया ज्यादा नुकसान हो गया बाकी वेखदे आ की बनता हुण रस्ते जान लगे एजेंसी चेक कराने इंश्योरेंस पता नहीं हैगी कि नहीं हैगी मेरे ख्याल में तो नहीं हैगी बाकी देखते हैं सारा ज्यादा हो गया देख दे कितना खर्चा दस दे बाकी चलो कड्डो गड्डी फिर चलिए कड्डो कड्डो
ਨਵਾਂ ਸ਼ਹਿਰ ਪਹੁੰਚ ਗਏ ਤੇ ਹੁਣ ਪਾਉਣ ਲੱਗੇ ਤੇਲ ਇੱਕ ਵਾਰੀ ਪਵਾਇਆ ਜਦੋਂ ਆਪਾਂ ਆਉਣ ਲੱਗੇ ਹੁਣ ਜਾਣ ਲੱਗੇ ਫੁੱਲ ਕਰਾਉਣ ਲੱਗੇ ਫੇਰ ਘੱਟੋ ਘੱਟ ਆਪਣੀ ਗੱਡੀ ਦਾ ਇੱਕ ਮਹੀਨੇ ਦਾ 25-30 ਹਜ਼ਾਰ ਰੁਪਏ ਦਾ ਖਰਚਾ ਵਾ ਤੇ ਜਿਹੜਾ ਹੁਣ ਸਵੇਰੇ ਐਕਸੀਡੈਂਟ ਹੋਇਆ ਰਾਤ ਦਾ ਉਹਨੂੰ ਪਾ ਕੇ ਤੇ 1,00,000 ਰੁਪਇਆ ਪਲੱਸ ਜਾਣਾ ਇਸ ਟਾਈਮ ਸਿਰਫ ਗੱਡੀ ਦਾ ਕਿਉਂਕਿ ਪਾਪਾ ਨੇ 12 ਤਰੀਕ ਨੂੰ ਹੇਮਕੁੰਡ ਸਾਹਿਬ ਲੈ ਕੇ ਜਾਣੀ ਤੇ ਸਰਵਿਸ ਵੀ ਹੋਣੀ 10-15 ਹਜ਼ਾਰ ਉਹ ਲਾ ਲਾ ਹਜੇ ਪਤਾ ਨਹੀਂ ਉਹਨੇ ਇੰਸ਼ੋਰੈਂਸ ਗੱਡੀ ਦੀ ਹੈ ਨਹੀਂ ਗੀ ਤੇ ਪਤਾ ਨਹੀਂ ਬਣਨਾ ਕੀ ਹਜੇ ਏਜੰਸੀ ਜਾ ਕੇ ਮੈਨੂੰ ਉਹਦਾ ਹੋਰ ਤਰ੍ਹਾਂ ਘਬਰਾਟਾ ਜਿਹਾ ਹੋਣ ਡਿਆ ਕਿ ਜੇ ਉਹਨੇ ਕਿਹਾ ਤਾਂ ਭਾਈ 60,000 ਰੁਪਈਆ ਫਿਰ ਤੇ ਮੈਂ ਕਹਿੰਦਾ ਭਾਈ ਇੱਦਾਂ ਕਰੋ ਤੁਸੀਂ ਗੱਡੀ ਵੇਚ ਦਿੰਦੇ ਤੇ ਜਿੰਨੇ ਸਾਨੂੰ ਦੇਣੇ ਉਨੇ ਦੇ ਦਿਓ ਸਾਨੂੰ ਉੱਦਾਂ ਵੀ ਚਾਹੀਦੇ ਕਿ ਇੰਨੇ ਪੈਸੇ ਭਰਾਵਾ ਆਪਾਂ ਨਹੀਂ ਭਰ ਸਕਦੇ ਤੇਲ ਥੋੜ੍ਹਾ ਪਹੁੰਚ ਗੱਡੀ ਵਿੱਚ ਮੁੱਲ ਫਿਰ ਉਹਨਾਂ ਤੇਲ ਦਾ ਰੱਖਾਂਗੇ ਨਾ ਵਿੱਚ ਜੇ ਫਰੈਸ਼ ਤੇਲ ਪਵਾਇਆ ਉਹ ਵੀ ਹੰਡਾਈ ਦੇ ਸ਼ੋਰੂਮ ਆਏ ਹਾਂ ਜਿੱਥੋਂ ਆਪਾਂ ਗੱਡੀ ਲਈ ਸੀਗੀ ਸੋ ਇੱਥੇ ਪਤਾ ਵਗੈਰਾ ਕੀਤਾ ਆਪਾਂ ਕਿ ਹਾਂ ਵੀ ਕਿੰਨੇ ਦੇ ਵਿੱਚ ਸਿਸਟਮ ਹੋ ਜਾਊਗਾ ਅਤੇ ਕੰਮ ਆਪਣਾ ਮਤਲਬ ਕਿ ਇੰਸ਼ੋਰੈਂਸ ਹੈ ਨਹੀਂ ਸੀਗੀ ਸੋ ਉਹਦੇ ਕਰਕੇ ਕੈਸ਼ ਹੀ ਹੋਣਾ ਸਿਸਟਮ ਅਤੇ ਬਾਕੀ ਆਪਾਂ ਉਹਨਾਂ ਕੈਮਰਾ ਨਹੀਂ ਦੱਸਣਾ ਸਾਰਾ ਕੁਛ ਸਕੀਮ ਸਕੂਮ ਜਿਹੜੀ ਵੀ ਹੈਗੀ ਆ ਅਤੇ ਕੱਲ੍ਹ ਨੂੰ ਗੱਡੀ ਫਿਰ ਉਹਨਾਂ ਨੇ ਘਰੋਂ ਪਿੱਕ ਕਰ ਲੈਣੀ ਨਾਲੇ ਸਰਵਿਸ ਹੋ ਜੂਗੀ ਅਤੇ ਨਾਲੇ ਓਕੇ ਰਿਪੋਰਟ ਕਰ ਦੇਣਗੇ ਬਾਕੀ ਚਲੋ ਚੱਲੀਏ ਘਰੇ ਹੁਣ ਵਾਪਸ ਚਲੋ ਉਹ ਵੀ ਆਹ ਵਾਲਾ ਵਾ ਸਿਸਟਮ ਜਿਹਾ ਅੱਜ ਕਰ ਦੇਣਾ ਉਹਨਾਂ ਨੇ ਓਕੇ ਰਿਪੋਰਟ ਉੱਦਾਂ ਪਰ ਸਾਰਾ ਹੀ ਓਕੇ ਡੈਂਟ ਡੁੰਟ ਜਿੰਨੇ ਹੈਗੇ ਸਾਰੇ ਕੱਢ ਦੇਣੇ ਉਹਨਾਂ ਨੇ ਘਰੋਂ ਗੱਡੀ ਲੈ ਜਾਣੀ ਆ ਅਤੇ ਸਰਵਿਸ ਵੀ ਕਰਾਉਣੀ ਸੀਗੀ ਕਿਉਂਕਿ 20,000 ਚੱਲ ਗਈ ਹੋਈ 10,000 ਦੀ ਸਰਵਿਸ ਕਰਾਈ 10,000 ਚੱਲ ਗਈ ਆ ਅਤੇ ਪਾਪਾ ਉਹਨਾਂ ਨੇ ਹੇਮਕੁੰਡ ਸਾਹਿਬ ਲੈ ਕੇ ਜਾਣੀ 12 ਤਰੀਕ ਨੂੰ ਉਹ ਸਰਵਿਸ ਵੀ ਉਹਨਾਂ ਨੇ ਕਰ ਦੇਣੀ ਆ ਅਤੇ ਆਹ ਵੀ ਸੈਟਅਪ ਓਕੇ ਰਿਪੋਰਟ ਕਰ ਦੇਣਾ ਸਿਸਟਮ ਬਾਕੀ ਚਲੋ ਸਭੇ ਖਵਾਈਏ ਸਭੇ ਨਹੀਂ ਮੈਂ ਕਦੀ ਖਾਧਾ ਮੈਂ ਕਦੀ ਵੀ ਸਭੇ ਖਾ ਕੇ ਨਹੀਂ ਵੇਖਿਆ ਅੱਜ ਸਭੇ ਖਾ ਕੇ ਵੇਖੀਏ ਸਭੇ ਆ ਗਿਆ ਕਿਹੜਾ ਵਾ ਮੇਰਾ ਆਹ ਵਾਲਾ ਚੈੱਕ ਕਰਦੇ ਆ ਜਾ ਕੇ ਸਿਖਾ ਦਿਆ ਲਓ ਵੀ ਅੱਜ ਪਹਿਲੀ ਵਾਰ ਸਭੇ ਖਾਧਾ ਜ਼ਿੰਦਗੀ 'ਚ ਪਹਿਲੀ ਵਾਰੀ ਤਾਂ ਖੀਰਲੀ ਵਾਰੀ ਪਤਾ ਲੱਗ ਗਿਆ ਕਿ ਚੱਲਦਾ ਕਿਉਂ ਨਹੀਂ ਆ ਠੰਡਾ ਹੀ ਡਾਹ ਛੱਡਿਆ ਸਾਰਾ ਕੁਛ ਠੰਡਾ ਘਾਹ ਬੂਸ ਠੰਡਾ ਹੀ ਚਿਕਨ ਪਤਾ ਨਹੀਂ ਕੀ ਗੰਦ ਕੁੜੀ ਹਵਾ ਖਵਾਤਾ ਅੱਜ ਅੱਜ ਤੋਂ ਬਾਅਦ ਨਹੀਂ ਸਭੇ ਕਦੀ ਖਾਣਾ ਪਹਿਲੀ ਤਾਂ ਖੀਰਲੀ ਵਾਰੀ ਖਾ ਲਿਆ ਮੈਂ ਵੀ ਕਹਾਂ ਹਰ ਨੁੱਕਰ 'ਤੇ ਸਭੇ ਖੋਲ੍ਹੇ ਚੱਲਦਾ ਤਾਂ ਵੀ ਨਹੀਂ ਮੈਂ ਖੀਰਾ ਵੀ ਨਹੀਂ ਪਾਉਣਾ ਟਮਾਟਰ ਵੀ ਨਹੀਂ ਪਾਉਣਾ ਆ ਵੀ ਨਹੀਂ ਪਾਉਣਾ ਵੀ ਨਹੀਂ ਪਾਉਣਾ ਉਹ ਕਹਿੰਦੇ ਪੈਂਦਾ ਇਹੀ ਕੁਛ ਸਾਰਾ ਕੁਛ ਤਾਂ ਤੂੰ ਕਹਿਤਾ ਨਹੀਂ ਪਾਉਣਾ ਗੰਦ ਕੁਛ ਵੀ ਨਹੀਂ ਹੈਗਾ ਉੱਥੇ ਚਲੋ ਘਰੇ ਪਹੁੰਚੀਏ ਫਾਈਨਲੀ 10 ਦਿਨਾਂ ਬਾਅਦ ਹੋਮ ਸਵੀਟ ਹੋਮ ਐਂਟਰ ਹੋਣ ਲੱਗੇ ਆਪਾਂ ਬੰਗਲੇ ਦਾ ਦਰਵਾਜ਼ਾ ਖੁੱਲ ਗਿਆ ਆਟੋਮੈਟਿਕ ਗੇਟ ਆ ਸੋ ਵੀ ਵਲੌਗ ਨਹੀਂ ਕਰਦੇ ਆਪਾਂ ਇੱਥੇ ਐਂਡਿੰਗ ਵਲੌਗ ਹੋ ਗਿਆ ਸੀ ਆਪਣਾ 50-60 ਮਿੰਟਾਂ ਦਾ ਸੋ ਇਸ ਕਰਕੇ ਮੈਨੂੰ ਵਿੱਚੋਂ ਹੀ ਕੱਟਣਾ ਪਿਆ ਘਰ ਵਾਲੀ ਕਲਿੱਪ ਤੋਂ ਬਾਕੀ ਟੇਢਾ ਕਿੱਧਰ ਕਰੀ ਜਾਂਦਾ ਵਾ ਟੇਢਾ ਹੀ ਸਹੀ ਆ ਅਤੇ ਇਸ ਕਰਕੇ ਮੈਨੂੰ ਕੱਟਣਾ ਪਿਆ ਵਿੱਚੋਂ ਸੋ ਬਾਕੀ ਅਗਲਾ ਵਲੌਗ ਤੁਸੀਂ ਦੇਖਿਓ ਅਗਲੇ ਵਲੌਗ 'ਚ ਠੀਕ ਆ ਅਗਲੇ ਵਲੌਗ 'ਚ ਦੇਖਿਓ ਕਿਉਂਕਿ ਵਲੌਗ ਮੈਂ ਪਾ ਦੇਣਾ 40 ਮਿੰਟਾਂ ਦਾ ਉਨਾ ਹੀ ਜ਼ਿਆਦਾ ਵੱਡਾ ਹੋ ਜਾਣਾ ਵੈਸੇ ਆਪਣਾ 40 ਮਿੰਟ ਵਾਲਾ ਵੀ ਚੱਲ ਜਾਂਦਾ ਵਾ ਅਗਲੇ ਵਲੌਗ ਦੀ ਵੇਟ ਕਰੋ ਇੱਕ ਦਿਨ ਬਾਅਦ ਹੀ ਪਾ ਦਾਂਗੇ ਇਹ ਵਲੌਗ ਨੂੰ ਜਿੱਦਾਂ 1,00,000 ਵਿਊ ਹੋ ਗਿਆ ਅਗਲੇ ਦਿਨ ਉਹ ਪਾ ਦਾਂਗੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਟੈਟੂ ਕਿੱਦਾਂ ਦਾ ਲੱਗਾ ਟੈਟੂ ਓਕੇ ਸੀਗਾ ਕਮੈਂਟ ਕਰਿਓ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਮਿਲਦੇ ਨਵੇਂ ਵਲੌਗ 'ਚ ਬਾਏ ਬਾਏ ਨਵੇਂ ਵਲੌਗ 'ਚ ਮੇਰਾ ਟੈਟੂ ਵੀ ਆ ਜਾਣਾ ਵੱਡਾ ਬਾਏ ਬਾਏ ਟੇਕ ਕੇਅਰ